ਅਸਲਾਮੁ ਅਲੈਕਮ ਦੋਸਤੋ ਤੁਸੀਂ ਵੇਖ ਰਹੇ ਹੋ ਪਾਕ ਪੰਜਾਬ ਟੀਵੀ ਤੇ ਮੈਂ ਆ ਤੁਹਾਡਾ ਦੋਸਤ ਅਬਦਲ ਵਖਤ ਦੋਸਤੋ ਮਾਸ਼ਾਅੱਲਾ ਅੱਜ ਮੈਂ ਤੁਹਾਡੇ ਵਾਸਤੇ 2000 ਕਨਾਲ ਦੋਸਤੋ 2000 ਕਨਾਲ ਜ਼ਮੀਨ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ ਇਨਸ਼ਾਅੱਲਾ ਉਮੀਦ ਹੈ ਕਿ ਤੁਹਾਨੂੰ ਇਹ ਬੜੀ ਪਸੰਦ ਆਵੇਗੀ ਅਗਰ ਆਪਾਂ ਗੱਲ ਕਰੀਏ ਏਕੜ ਦੀ ਤੇ ਫਿਰ ਬਣ ਗਏ 250 ਏਕੜ ਅਗਰ ਆਪਾਂ ਗੱਲ ਕਰੀਏ ਮਰਬੇ ਦੀ ਤੇ ਫਿਰ ਬਣ ਗਏ ਤਕਰੀਬਨ ਕੋਈ 10 ਮਰਬੇ ਚੌਂਕੇ ਇਹ ਚਕਵਾਲ ਇਹ ਰਾਵਲ ਪਿੰਡੀ ਜਲਮ ਉਸ ਸੇਟ ਦੇ ਜਿਹੜੇ ਦੋਸਤ ਆਪਣੇ ਹੈਗੇ ਨੇ ਉਹ ਕਨਾਲ ਦੀ ਗਿਣਤੀ ਕਰਦੇ ਨੇ ਇਸ ਵਾਸਤੇ ਆਪਾਂ ਗੱਲ ਕੀਤੀ ਆ ਨੇ ਕਨਾਲ ਦੀ ਕਿ ਆਪਣੇ ਕੋਲੇ 2000 ਕਨਾਲ ਜ਼ਮੀਨ ਹੈ ਇਹ ਜ਼ਿਲ੍ਹਾ ਚਕਵਾਲ ਤਹਿਸੀਲ ਵੀ ਚਕਵਾਲ ਬਲਕਸਰ ਅੰਡਰ ਚੇਂਜ ਤੋਂ ਸਿਰਫ 22 ਕਿਲੋਮੀਟਰ ਸਫਰ ਹੈ ਦੋਸਤੋ ਬਲਕਸਰ ਅੰਡਰਚੇਂਜ ਤੋਂ 22 ਕਿਲੋਮੀਟਰ ਸਫਰ ਹੈ ਇਹ 2000 ਕਨਾਲ ਜ਼ਮੀਨ ਹੈ ਇਹ ਜ਼ਮੀਨ ਗੈਰ ਆਬਾਦ ਹੈ ਲੇਕਿਨ ਜ਼ਰੇ ਜ਼ਮੀਨ ਪਾਣੀ ਮਿੱਠਾ ਹੈ ਮਿਹਨਤ ਕਰਨੀ ਜ਼ਮੀਨ ਆਬਾਦ ਹੋ ਜਾਏਗੀ ਕਿਉਂਕਿ ਕੰਪਿਊਟਰਾਈਜ਼ ਰਿਕਾਰਡ ਤੇ ਰਜਿਸਟਰੀ ਇੰਤਕਾਲਸ਼ੂਦਾ ਇੰਦੇ ਤਿੰਨ ਮਾਲਕ ਨੇ ਦੋਸਤੋ ਇਹ 22000 ਕਨਾਲ ਜ਼ਮੀਨ ਦੇ ਇਹ 200 ਤੇ 50 ਏਕੜ ਜ਼ਮੀਨ ਦੇ ਇੰਦੇ ਤਿੰਨ ਮਾਲਕ ਨੇ ਬਿਜਲੀ ਇਥੋਂ ਸਿਰਫ ਅੱਧਾ ਕਿਲੋਮੀਟਰ ਦੂਰ ਹੈ ਦੋਸਤੋ ਬਿਜਲੀ ਇਸ ਰਕਬੇ ਤੋਂ ਸਿਰਫ ਅੱਧਾ ਕਿਲੋਮੀਟਰ ਦੂਰ ਹੈ ਜਿਹੜੀ ਆਬਾਦੀ ਹੈਗੀ ਹੈ ਉਹ ਵੀ ਡਾਕਟਰ ਸਾਹਿਬ ਦੇ ਕਹਿਣ ਦੇ ਮੁਤਾਬਕ ਸਿਰਫ ਅੱਧਾ ਕਿਲੋਮੀਟਰ ਦੂਰ ਹੈਗੀ ਹੈ ਤੇ ਜ਼ਰੇ ਜ਼ਮੀਨ ਪਾਣੀ ਮਿੱਠਾ ਹੈ 60 ਫੁੱਟ ਤੋਂ ਬਾਅਦ نیچے ਬਿਲਕੁਲ ਸ਼ਰਤਿਆ ਮਿੱਠਾ ਪਾਣੀ ਆ ਜਾਂਦਾ ਹੈ ਇਹ ਗਾਰੰਟੀ ਹੈ ਇਸ ਤੋਂ ਲਾਵਾ ਦੋਸਤੋ ਜਿਹੜਾ ਕੇ ਸਰਕਾਰੀ ਰਸਤਾ ਆ ਰਿਹਾ ਮੌਕੇ ਤੇ ਦੋਸਤੋ ਉਸ ਸਰਕਾਰੀ ਰਸਤੇ ਦੇੰ ਦਾ ਅੱਧਾ ਕਿਲੋਮੀਟਰ ਦਾ ਫਰਾਂਟੇ ਦੋਸਤੋ ਰਸਤਾ ਸਰਕਾਰੀ ਏ ਤੇ ਸਰਕਾਰੀ ਰਸਤੇ ਦੇੰ ਦਾ ਅੱਧਾ ਕਿਲੋਮੀਟਰ ਫਰਾਂਟੇ ਇਹ 2000 ਕਨਾਲ ਜ਼ਮੀਨ ਦਾ ਇਹ 250 ਏਕੜ ਜ਼ਮੀਨ ਇਹ ਤਕਰੀਬਨ ਕੋਈ 10 ਮਰਬੇ ਇਹ ਆਪਣੇ ਕੋਲੇ ਗੈਰ ਆਬਾਦ ਜ਼ਮੀਨ ਹੈ ਦੋਸਤੋ ਇਸ 2000 ਕਨਾਲ ਜ਼ਮੀਨ ਦੇ ਵਿੱਚੋਂ ਆਪਾਂ ਇੱਕ ਹਿੱਸਾ ਵੀ ਲੈ ਸਕਨੇ ਆ ਦੋ ਹਿੱਸੇ ਵੀ ਕਿਉਂਕਿ ਤਿੰਨ ਮਾਲਕ ਨੇ ਮਿਸਾਲ ਤੌਰ ਤੇ ਆਪਾਂ ਇਹਦੇ ਵਿੱਚੋਂ 600 650 ਕਿ ਜਿੰਨੀ ਆਪਣੇ ਕੋਲ ਇੱਕ ਹਿੱਸਾ ਦਾ ਪਿਆ ਕਿ ਇੱਕ ਮਾਲਕ ਦੀ ਜ਼ਮੀਨ ਆਪਾਂ 600 ਕਨਾਲ ਤਕਰੀਬਨ ਇਹਦੇ ਵਿੱਚੋਂ ਜ਼ਮੀਨ ਲੈ ਸਕਨੇ ਆ ਕਿਉਂਕਿ ਇਹ ਦੇ ਤਿੰਨ ਮਾਲਕ ਨੇ ਤੇ ਦੋਸਤੋ ਇਹ ਸਾਹਮਣੇ ਸਕਰੀਨ ਤੇ ਤੁਹਾਨੂੰ ਆਪਣਾ ਡਾਕਟਰ মনির ਇਵਾਨ ਸਾਹਿਬ ਉਹਨਾਂ ਦਾ ਵਟਸਐਪ ਨੰਬਰ ਐਂਡ ਕਾਲ ਨੰਬਰ ਨਜ਼ਰ ਆ ਗਿਆ ਹੋਵੇਗਾ ਤੁਸੀਂ ਵੈਸੇ ਵੀ ਜਿਹੜਾ ਕਿ ਇਰਖਾਪਾਪ ਨੂੰ ਕਿੰਨਾ ਮਿਲੇਗਾ ਮੁਕੰਮਲ ਮਿਲੇਗਾ ਜਾਂ ਥੋੜਾ ਮਿਲੇਗਾ ਤੁਸੀਂ ਉਹ ਵੀ ਗੱਲ ਕਰਨੀ ਹੈ ਡਾਕਟਰ ਸਾਹਿਬ ਨਾਲ ਦੋਸਤੋ ਇਹਦੀ ਡਿਮਾਂਡ ਕੀਤੀ ਹੈ ਫੀ ਕਨਾਲ ਦੇ ਹਿਸਾਬ ਨਾਲ ਦੋਸਤੋ ਅਗਰ ਆਪਾਂ ਗੱਲ ਕਰੀਏ ਕਨਾਲ ਦੀ ਤੇ ਕਨਾਲ ਦੇ ਹਿਸਾਬ ਨਾਲ ਇਹਦੀ ਡਿਮਾਂਡ ਕੀਤੀ ਹੈ ਮਾਲਕ ਨੇ 70000 ਰੁਪਇਆ ਦੋਸਤੋ 70000 ਰੁਪਿਆ ਫੀ ਕਨਾਲ ਦੀ ਡਿਮਾਂਡ ਹੈ ਮਿਸਾਲ ਤੌਰ ਤੇ 5 ਲੱਖ ਤੇ 60000 ਰੁਪਿਆ ਫੀ ਏਕੜ ਡਿਮਾਂਡ ਕੀਤੀ ਹੈ 5 ਲੱਖ 60000 ਰੁਪਿਆ ਫੀ ਏਕੜ ਦੇ ਹਿਸਾਬ ਨਾਲ ਇਹ 250 ਏਕੜ ਜ਼ਮੀਨ ਇਹ ਪਰਵਾੰਦੇ ਸਾਹਮਣੇ ਬਾਕੀ ਆਪਾਂ ਨੂੰ ਜ਼ਮੀਨ ਇਹ ਮੁਕੰਮਲ ਮਿਲੇਗੀ ਜਾਂ ਫਿਰ ਇੱਕ ਇਸਾ ਮਿਲ ਜੇਗਾ ਜਾਂ ਫਿਰ ਦੋ ਇਸੇ ਮਿਲ ਜਾਣਗੇ ਕਿ ਜਿਵੇਂ ਇਹਦੇ ਤਿੰਨ ਮਾਲਕ ਨੇ ਉਸ ਹਿਸਾਬ ਨਾਲ ਤੁਸੀਂ ਉਹ ਮੁਕੰਮਲ ਗੱਲਬਾਤ ਕਰਨੀ ਹੈ ਇਹ ਡਾਕਟਰ ਸਾਹਿਬ ਨਾਲ ਕਿਉਂਕਿ ਦੋਸਤਾਂ ਨੂੰ ਪਤਾ ਹੈ ਕਿ ਆਪਣੀ ਰੈਸ਼ ਹੈਗੀ ਇੱਥੇ ਆਰਫ ਵਾਲਾ ਪਾਕਪਤਨ ਬਾਵਲ ਨਗਰ ਇੱਥੇ ਆਪਣਾ ਜ਼ਿਲ੍ਹਾ ਪਾਕਪਤਨ ਇਸ ਸਾਈਡ ਤੇ ਜ਼ਿਲ੍ਹਾ ਸਹੀਵਾਲ ਇਹ ਆਪਣੇ ਇਲਾਕੇ ਨੂੰ ਇੱਥੇ ਆਪਾਂ ਮਾਸ਼ਾਅੱਲਾ ਕੰਮ ਕਰਦੇ ਪਏ ਆ ਇਹ ਦੋਸਤਾਂ ਨੂੰ ਪਤਾ ਹੈ ਤੇ ਝਲਮ ਚਕਵਾਲ ਇਹ 라ਵਲਪਿੰਡੀ ਇਸ ਸਾਈਡ ਤੇ ਕੰਮ ਕਰਦੇ ਪਏ ਨੇ ਡਾਕਟਰ ਮੁਨੀਰ ਅਵਾਨ ਸਾਹਿਬ ਤੁਸੀਂ ਉਹਨਾਂ ਨਾਲ رابطہ ਕਰ ਸਕਦੇ ਜੀ ਕੋਈ ਵੀ ਮਾਲੂਮਤ ਰਹਿ ਗਈ ਹੋਵੇ ਮੈਨਾਂ ਦਸੀ ਹੋਵੇ ਤੁਸੀਂ ਡਾਕਟਰ ਸਾਹਿਬ ਦੇ ਸਾਹਮਣੇ ਨੰਬਰ ਤੇ ਕਾਲ ਜਾਂ ਫਿਰ WhatsApp ਤੇ ਮੈਸੇਜ ਕਰਕੇ رابطہ ਕਰ ਸਕਦੇ ਜੀ ਤੇ ਦੋਸਤੋ ਤੁਹਾਨੂੰ ਸਾਡੀ ਵੀਡੀਓ ਪਸੰਦ ਆਵੇ ਸਾਡੀ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਆਪਣੇ ਬਿਹਤਰੀਨ ਜੇ ਕਮੈਂਟਸ ਲੈ ਕੇ ਭੇਜੋ ਇਨਸ਼ਾਅੱਲਾ ਤਾਲਾ ਮਿਲਾਂਗੇ ਅਗਲੀ ਵੀਡੀਓ ਤੇ ਖੁਦਾ ਹਾਫਿਜ਼